ਸਾਰੇ ਪੰਜਾਬ ਦੇ ਵਿੱਚ ਪੰਜਾਬ ਕਰੋੜਾਂ ਰੁਪਏ ਦਾ ਭਰਿਆ ਵੀ ਅਸੀਂ ਕਰਪਸ਼ਨ ਫਰੀ ਕਰਨ ਲਈ 300 ਬੰਦਾ ਤੁਸੀਂ ਸਾਰੇ ਪੰਜਾਬ 'ਚ ਬੋਰਡ ਦੇਖਿਆ ਹੁਣ ਅਤੇ ਇਹਨੂੰ ਮੈਂ ਠੀਕ ਕਰ ਦੇਵਾਂ ਅਤੇ ਇਹਨਾਂ ਨੂੰ ਇਹ ਕਹਾਂ ਵੀ ਜਿਹੜੇ ਆਪਣੇ ਬੋਰਡ ਨੇ ਉਹਨਾਂ ਦੇ ਅੱਗੇ 301 ਇਹ 301 ਕੇਜਰੀਵਾਲ ਸਾਹਿਬ ਦਾ, ਕੇਜਰੀਵਾਲ ਸਾਹਿਬ ਇਹਦੇ ਵਿੱਚ ਸ਼ਾਮਿਲ ਹੋ ਗਏ। ਹੁਣ ਇਹ ਲਾ ਦਿਓ ਬੋਰਡ, ਹੁਣ ਕੰਜੂਸੀ ਨਾ ਕਰ ਜਿਓ ਪੈਸੇ ਦੀ, ਕਿਉਂਕਿ ਇਹ ਸ਼ਰਾਬ ਦੇ ਘੁਟਾਲੇ 'ਚ ਗਏ ਨੇ, ਲਿਕਰ 'ਚ ਗਏ ਆ। ਹੁਣ ਉਦੋਂ ਬਾਅਦ ਇਹ 301 ਦਾ 302 ਬਣਨਾ ਹੈ, ਆ 302 ਨੰਬਰ ਵੀ ਬੜਾ ਹੈ, 302 ਵਧੀਆ। ਇਹ 302 ਕਿਹਦਾ ਬਣਨਾ ਹੈ, ਕਿਉਂਕਿ ਭਗਵੰਤ ਮਾਨ ਸਾਹਿਬ ਜਿਹੜੇ ਮੁੱਖ ਮੰਤਰੀ ਨੇ ਪੰਜਾਬ ਦੇ, ਉਹ ਅਤੇ ਨਾਲ ਉਹਨਾਂ ਦੇ ਫਾਈਨਾਂਸ ਮਿਨਿਸਟਰ ਜਿਹੜੇ ਨੇ, ਜਿਹਨਾਂ ਕੋਲ ਐਕਸਾਈਜ਼ ਮਹਿਕਮਾ ਹੈ, ਜਿਹਨਾਂ ਨੇ ਪਾਲਿਸੀ ਪਾਸ ਕੀਤੀ ਹੈ ਪੰਜਾਬ 'ਚ, ਅਗਲੀ ਵਾਰੀ ਇਹਨਾਂ ਦੀ ਆਉਣੀ ਆ। ਤੁਸੀਂ ਇੱਕ ਇੱਕ ਮਾਡਲ ਦੇਣਾ ਚਾਹੁੰਦੇ ਸੀ ਪੰਜਾਬ 'ਚ, ਕੇਜਰੀਵਾਲ ਮਾਡਲ, ਵੀ ਮੈਂ ਉੱਥੇ ਤਾਂ ਮੇਰੀ ਸਰਕਾਰ ਨਹੀਂ ਗੀ ਪੂਰੀ ਪੰਜਾਬ 'ਚ ਮੈਂ, ਅਤੇ ਉਰੇ ਦੇਖੋ ਕਿਸ ਤਰੀਕੇ ਨਾਲ ਲੁੱਟ ਮੱਚ ਰਹੀ ਆ, ਅਤੇ ਸਰਗਨਾ ਤੁਸੀਂ ਉਹਦੇ, ਅਤੇ ਭਗਵੰਤ ਮਾਨ ਸਾਹਿਬ ਤੁਸੀਂ ਇਹਨਾਂ ਮਗਰ ਲੱਗ ਕੇ ਪੰਜਾਬ ਨੂੰ ਲੁਟਾ ਤਾ, ਪੰਜਾਬ ਇਹਨਾਂ ਦੇ ਹਵਾਲੇ ਕਰਤਾ, ਵੀ ਲੁੱਟੋ, ਪੱਟੀ ਬੰਨ ਕੇ ਨਹੀਂ ਸਰਦਾ, ਤੁਸੀਂ ਪੱਟੀ ਬੰਨ ਲਈ ਆਪਣੀ ਅੱਖ 'ਤੇ, ਉਨੇ ਹੀ ਹਿੱਸੇਦਾਰ ਮੰਨੇ ਜਾਓਗੇ, ਉਨੇ ਹੀ ਹਿੱਸੇਦਾਰ ਮੰਨੇ ਜਾਓਗੇ ਜਿੰਨੇ ਕੇਜਰੀਵਾਲ ਹੋਣੀ ਹੈ। ਬੜੀ ਸਿਆਸੀ ਉਥਲ ਪੁਥਲ ਆ ਜਿਹੜਾ, ਉਹ ਇਸ ਵੇਲੇ ਦਿੱਲੀ ਅਤੇ ਪੰਜਾਬ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਕਿਸ ਸਿਧਾਂਤਾਂ 'ਤੇ ਬਣ ਕੇ ਆਏ ਸੀ, ਉਹਨਾਂ ਨੇ ਗੱਲ ਲੋਕਪਾਲ ਦੀ ਕੀਤੀ ਸੀ, ਲੋਕਪਾਲ ਜਿਹੜਾ ਕਿ ਪੰਜਾਬ 'ਚ ਤਾਂ ਬਣਿਆ ਹੀ ਨਹੀਂ। ਉਹਨਾਂ ਨੇ ਇੱਕ ਕਿਤਾਬ ਸਵਰਾਜ ਦੀ ਗੱਲ ਕੀਤੀ ਸੀ, ਬੜੀਆਂ ਚੰਗੀਆਂ ਬਦਲਾਅ ਦੀ ਗੱਲ ਕੀਤੀ ਸੀ, ਇਮਾਨਦਾਰੀ ਦੀ ਗੁੜਤੀ ਦੇਣ ਦੀ ਗੱਲ ਕੀਤੀ ਸੀ, ਕਿਹਨਾਂ ਨੇ, ਕੇਜਰੀਵਾਲ ਸਾਹਿਬ ਨੇ। ਜਿਵੇਂ ਕਹਿੰਦੇ ਆ ਨਾ, ਬਾਹਰੋਂ ਬਾਰੀ ਆਪਣੋ ਆਪਣੀ, ਇਹ ਬਾਰੀ ਆ। ਤੁਸੀਂ ਉਸ ਵੇਲੇ ਭੁੱਲ ਗਏ, ਸਭ ਤੋਂ ਪਹਿਲਾਂ ਤਾਂ ਮੈਂ ਜਿਹੜੇ ਪੰਜਾਬ 'ਚ ਤੁਸੀਂ ਆ ਬੋਰਡ ਲੱਗੇ ਦੇਖੇ ਹਰ ਕੋਨੇ ਕੋਨੇ 'ਤੇ, ਇਹਦੇ ਮੈਂ ਨੰਬਰ ਬਦਲ ਦਵਾਂ ਪਹਿਲਾਂ। ਆ ਤੁਸੀਂ ਸਾਰੇ ਪੰਜਾਬ ਦੇ ਵਿੱਚ ਪੰਜਾਬ ਕਰੋੜਾਂ ਰੁਪਏ ਦਾ ਭਰਿਆ ਵੀ ਅਸੀਂ ਕਰਪਸ਼ਨ ਫਰੀ ਕਰਨ ਲਈ 300 ਬੰਦਾ ਤੁਸੀਂ ਸਾਰੇ ਪੰਜਾਬ 'ਚ ਬੋਰਡ ਦੇਖਿਆ ਹੁਣ 300 ਬੰਦੇ ਅਸੀਂ ਫੜੇ, ਅਤੇ ਇਹਨੂੰ ਮੈਂ ਠੀਕ ਕਰ ਦੇਵਾਂ ਅਤੇ ਇਹਨਾਂ ਨੂੰ ਇਹ ਕਹਾਂ ਵੀ ਜਿਹੜੇ ਆਪਣੇ ਬੋਰਡ ਨੇ ਉਹਨਾਂ ਦੇ ਅੱਗੇ 301 ਇਹਨੂੰ ਕੱਟ ਕੇ 300 ਨੂੰ 301 ਕਰ ਦੇਣ। ਇਹ 301 ਕੇਜਰੀਵਾਲ ਸਾਹਿਬ ਦਾ, 301 ਕੇਜਰੀਵਾਲ ਸਾਹਿਬ ਇਹਦੇ ਵਿੱਚ ਸ਼ਾਮਿਲ ਹੋ ਗਏ। ਹੁਣ ਇਹ ਲਾ ਦਿਓ ਬੋਰਡ, ਹੁਣ ਕੰਜੂਸੀ ਨਾ ਕਰ ਜਿਓ ਪੈਸੇ ਦੀ, ਕਿਉਂਕਿ ਇਹ ਸ਼ਰਾਬ ਦੇ ਘੁਟਾਲੇ 'ਚ ਗਏ ਨੇ, ਲਿਕਰ 'ਚ ਗਏ ਆ। ਹੁਣ ਉਦੋਂ ਬਾਅਦ ਇਹ 301 ਦਾ 302 ਬਣਨਾ ਹੈ, ਆ 302 ਨੰਬਰ ਵੀ ਬੜਾ ਹੈ, 302 ਵਧੀਆ। ਇਹ 302 ਕਿਹਦਾ ਬਣਨਾ ਹੈ, ਕਿਉਂਕਿ ਭਗਵੰਤ ਮਾਨ ਸਾਹਿਬ ਜਿਹੜੇ ਮੁੱਖ ਮੰਤਰੀ ਨੇ ਪੰਜਾਬ ਦੇ, ਉਹ ਅਤੇ ਨਾਲ ਉਹਨਾਂ ਦੇ ਫਾਈਨਾਂਸ ਮਿਨਿਸਟਰ ਜਿਹੜੇ ਨੇ, ਜਿਹਨਾਂ ਕੋਲ ਐਕਸਾਈਜ਼ ਮਹਿਕਮਾ ਹੈ, ਜਿਹਨਾਂ ਨੇ ਪਾਲਿਸੀ ਪਾਸ ਕੀਤੀ ਹੈ ਪੰਜਾਬ 'ਚ, ਅਗਲੀ ਵਾਰੀ
ਇਹਨਾਂ ਦੀ ਆਉਣੀ ਆ। ਇਸ ਕਰਕੇ ਭਗਵੰਤ ਮਾਨ ਸਾਹਿਬ ਤੁਸੀਂ ਬੜੇ ਖੁਸ਼ ਹੁੰਦੇ ਸੀ, ਬੜੇ ਚਾਅ ਮਨਾਉਂਦੇ ਸੀ ਵੀ ਫਲਾਨਾ ਸਿੱਟ ਤਾਂ ਮੈਂ ਜੇਲ੍ਹ 'ਚ, ਫਲਾਨਾ ਸਿੱਟ ਤਾਂ ਮੈਂ ਜੇਲ੍ਹ 'ਚ, ਫਲਾਨੇ ਇੰਨੇ ਮੰਤਰੀ ਜੇਲ੍ਹ 'ਚ ਮੈਂ ਸਿੱਟ 'ਤੇ ਕਾਂਗਰਸ ਦੇ, ਇੰਨੇ MLA ਸਿੱਟ 'ਤੇ। ਮੈਂ ਉਸ ਛੋਟੇ ਪੱਧਰ 'ਤੇ ਜਾਣਾ ਨਹੀਂ ਚਾਹੁੰਦਾ। ਅਸੀਂ ਤਾਂ ਲੋਕਾਂ ਖਾਤਰ ਆਵਾਜ਼ ਉਠਾਈ ਸੀ, ਤੁਸੀਂ ਸਾਨੂੰ ਨਾਭਾ ਜੇਲ੍ਹ 'ਚ ਭੇਜਿਆ। ਇਸ ਕਰਕੇ ਸਾਡਾ ਵੀ ਰੱਬ ਆ ਉਹ ਸਭ ਦੀ ਸੁਣਦਾ। ਹਜੇ ਤਾਂ ਦੇਣੀ ਕੁਛ ਨਹੀਂ ਪਏ ਸੀ, ਅਸੀਂ ਤਾਂ ਗਏ, ਤੁਸੀਂ ਕਿਵੇਂ ਤਰੀਕਾਂ ਤੋਂ ਭੱਜੇ ਜਾ, ਕਿਵੇਂ ਤੁਸੀਂ ਲੁਕੇ ਜਾ, ਪਰ ਨਹੀਂ ਲੁਕ ਨਹੀਂ ਹੁੰਦਾ। ਮੈਂ ਪੜ੍ਹ ਰਿਹਾ ਸੀ ਕਿੰਨੀਆਂ ਤਰੀਕਾਂ ਹੈ ਜਿਹੜੀਆਂ ਤੁਹਾਡੀਆਂ ਜਿਹੜੀਆਂ ਹੈ ਉਹ ਪਈਆਂ, ਉਦੋਂ ਹੀ ਪਤਾ ਲੱਗ ਗਿਆ ਸੀ। ਜਦੋਂ ਇੱਕ ਬਹੁਤ ਵੱਡਾ ਮੀਡੀਆ 'ਤੇ ਪਤਾ ਲੱਗਿਆ ਵੀ ਕਿਸ ਤਰੀਕੇ ਦੀ ਜ਼ਿੰਦਗੀ ਕੇਜਰੀਵਾਲ ਸਾਹਿਬ ਜਿਉਣੀ ਪਸੰਦ ਕਰਦੇ ਆ, ਕਿਸ ਤਰੀਕੇ ਦਾ ਮਹਿਲ ਉਹਨਾਂ ਨੇ ਉੱਥੇ ਉਸਾਰਿਆ, ਅਤੇ ਉਹ ਪੈਸੇ ਕਿੱਥੋਂ ਲੁੱਟੇ ਗਏ, ਪੰਜਾਬ 'ਚ, ਪੰਜਾਬ ਦੇ ਲਿਕਰ ਪੋਲਸੀ ਤੋਂ ਇਸੇ ਤਰੀਕੇ ਨਾਲ 5,000 ਕਰੋੜ ਰੁਪਈਆ ਲੁੱਟਿਆ। ਸੇਮ ਪੋਲਸੀ ਉਰੇ ਲੈ ਕੇ ਆਏ, ਰੇਤੇ ਦਾ ਪੈਸਾ, ਰੀਅਲ ਸਟੇਟ ਉਰੇ ਵੱਡੇ ਤੋਂ ਵੱਡੇ ਕੋਲੋਨਾਈਜ਼ਰ ਨੇ ਜਿਹੜੇ ਉਹਨਾਂ ਤੋਂ ਪੈਸਾ ਲੁੱਟਿਆ। ਅਤੇ ਅੱਜ ਇੱਕ ਗੱਲ ਮੈਂ ਨਾਲ, ਪੈਸਾ ਤਾਂ ਲੁੱਟ ਕੇ ਲੈ ਗਏ ਪਰ ਹੁਣ ਜੇਲ੍ਹਾਂ ਵੀ ਇਹਨਾਂ ਨੂੰ ਦੇਖਣੀਆਂ 'ਚ ਪੈਣੀਆਂ ਹੈ, ਹੁਣ ਉਹ ਮਹਿਲਾਂ 'ਚ ਰਹਿਣ ਵਾਲੀਆਂ ਆਦਤਾਂ ਤਬਦੀਲ ਕਰਨੀਆਂ ਪੈਣਗੀਆਂ, ਜੇਲ੍ਹ 'ਚ ਰਹਿ ਕੇ ਗਿੱਜਣਾ ਆਦਤ ਪਾਉਣੀ ਪਊਗੀ ਵੀ ਜੇਲ੍ਹ 'ਚ ਕਿਵੇਂ ਰਹਿਣਾ। ਅਤੇ ਦੂਜਾ ਜਿਹੜਾ ਬੇਟਾ ਬਣਿਆ ਹੋਇਆ ਸੀ, ਜਿਹੜਾ ਅੱਜ ਗੱਲ ਹੋ ਰਹੀ ਆ, ਜਿਹੜਾ ਇਹਨਾਂ ਦਾ ਪੁੱਤ ਬਣਿਆ ਸੀ ਰਾਘਵ ਚੱਡਾ, ਅਤੇ ਸਾਰੀ ਮੈਂਬਰ ਪਾਰਲੀਮੈਂਟ, ਅੱਜ ਜਿੰਨੇ ਇਹਨਾਂ ਦੇ ਰਾਜ ਸਭਾ ਦੇ ਮੈਂਬਰ ਪਾਰਲੀਮੈਂਟ ਬਣੇ ਆ, ਬੋਲਿਆ ਚੀ ਨਹੀਂ ਕਿਸੇ ਨੇ ਕੀਤੀ, ਕਿਉਂਕਿ ਸਾਰੇ ਬੜੇ ਤੋਂ ਬੜੇ ਕਾਰੋਬਾਰੀ ਇੰਡਸਟਰੀਅਲਿਸਟ ਸਭ ਦੀ ਜਨਮ ਕੁੰਡਲੀ BJP ਕੋਲ ਵੀ ਕੀ ਕਰਦੇ ਆ। ਅਤੇ ਰਾਘਵ ਚੱਡਾ ਉਹ ਪਹਿਲਾਂ ਹੀ ਡੀਲ ਕਰਕੇ BJP ਵਾਲਿਆਂ ਨਾਲ ਸੈਟਿੰਗ ਕਰਕੇ, ਨਹੀਂ ਤਾਂ ਉਹਦੇ ਉੱਤੇ ਜਲ ਬੋਰਡ ਦਾ ਐਡਾ ਵੱਡਾ ਸਕੈਂਡਲ ਚੱਲ ਰਿਹਾ, ਉਹ ਕਿਵੇਂ ਭੱਜ ਸਕਦਾ ਸੀ। ਅਤੇ ਝੂਠ ਬੋਲ ਰਿਹਾ, ਕੱਲ੍ਹ ਉਹਨੇ ਆਪਣੇ ਫੇਸਬੁੱਕ 'ਤੇ ਪਹਿਲਾਂ ਇੱਕ ਦਿਨ ਪਹਿਲਾਂ ਪਾਤੀ ਮੈਂ ਅੱਖਾਂ ਦਾ ਇਲਾਜ ਕਰਾ ਰਿਹਾ, ਅਤੇ ਕੱਲ੍ਹ ਉੱਥੇ 2 ਮੈਂਬਰ ਪਾਰਲੀਮੈਂਟ, ਐਡਾ ਬੱਚਾ ਏ, ਆਪਰੇਸ਼ਨ ਕਹਿ ਕੇ ਕੱਲ੍ਹ ਉੱਥੇ ਮੈਂਬਰ ਪਾਰਲੀਮੈਂਟ ਦੋਵਾਂ ਦਾ ਕਾਰਡ ਪਾਇਆ ਏ ਵੀ ਮੈਂ, ਦੇਖੋ ਜੀ ਮੈਂ ਵਿਜ਼ਿਟ ਕੀਤਾ ਏ ਪਾਰਲੀਮੈਂਟ, ਬ੍ਰਿਟਿਸ਼ ਪਾਰਲੀਮੈਂਟ 'ਚ ਅੰਦਰ ਜਾ ਕੇ ਮੈਂ ਪ੍ਰਾਈਮ ਮਿਨਿਸਟਰ ਦੇ ਜਦੋਂ ਕੁਐਸਚਨਆਰ ਸੀ ਉਹ ਮੈਂ ਦੇਖਿਆ ਏ, ਮੈਂ ਬੜਾ ਖੁਸ਼ ਹਾਂ। ਅਤੇ ਉਹ ਆਪਣੀ ਪਿਕਚਰ ਸ਼ੇਅਰ ਕੀਤੀ ਆ। ਐਂ ਹੁੰਦਾ ਏ, ਬੜੇ ਬੜੇ ਛੱਡ ਜਾਂਦੇ ਆ। ਅੱਜ ਕੇਜਰੀਵਾਲ ਸਾਹਿਬ ਲੱਗਿਆ ਨਾ ਪਤਾ, ਅੱਜ ਪੁੱਤ ਵੀ ਛੱਡ ਗਿਆ ਤੁਹਾਡਾ ਸੋ ਕਾਲਡ। ਅੱਜ ਬਾਕੀ ਵਰਕਰ ਨੇ ਜਿਹੜੇ, ਉਹ ਤਾਂ ਵਿਚਾਰੇ ਸੜਕਾਂ 'ਤੇ ਅੱਜ ਫਿਰ ਵੀ ਦਿਖ ਰਹੇ ਆ ਦਿੱਲੀ 'ਚ, ਪਰ ਜਿਹੜੇ ਪੁੱਤ ਬਣੇ ਸੀ ਸਭ ਤੋਂ ਪਹਿਲਾਂ ਹੀ ਉਹਨਾਂ ਨੂੰ ਪਤਾ ਸੀ, ਕਿਉਂਕਿ ਸੈਟਿੰਗ ਸੀ ਉਹ ਪਹਿਲਾਂ ਹੀ। ਮਹੀਨਾ ਹੈ ਜਿਹੜਾ ਮੈਂ ਤੁਹਾਨੂੰ ਪਹਿਲੇ ਦਿਨ ਕਹਿਤਾ ਸੀ ਵੀ ਭੱਜ ਗਿਆ, ਪੈਸੇ ਲੈ ਕੇ ਪੜੰਤਰ ਹੋ ਗਿਆ, ਪਰ ਕਿੰਨੇ ਦਿਨ ਉਹ ਵੀ ਪਿੱਛਾ ਕਰਾਂਗੇ। ਅਤੇ ਜਿਹੜੇ ਉਰੇ ਪੰਜਾਬ ਵਾਲਿਆਂ ਨੇ, ਅਸੀਂ ਤਾਂ ਲੋਕਾਂ ਦੇ ਖਾਤਰ ਜੇਲ੍ਹ ਭੇਜੀ ਸੀ ਨਾ, ਹੁਣ ਤਿਆਰੀ ਕਰ ਲਓ, ਪੁੱਠਾ ਚੱਕਰ ਸ਼ੁਰੂ ਹੋ ਗਿਆ, ਘੜੀ ਹੈ ਚੱਲਦੀ ਜਾਂਦੀ, ਇਹ ਪਾਪ ਦਾ ਘੜਾ ਭਰ ਗਿਆ। ਅਤੇ ਹੁਣ ਪੰਜਾਬ ਵਾਲੇ, ਉਹ ਜਿਵੇਂ ਮੈਂ ਦੱਸਿਆ 302 ਨੰਬਰ ਤੁਹਾਡਾ ਏ, ਤੁਸੀਂ ਸਾਰੀ ਕੈਬਨਿਟ ਆਪਣੀ ਆਪਣੀ ਤਿਆਰੀ ਕਰੋ,
ਤੇ ਭਗਵੰਤ ਮਾਨ ਸਾਹਿਬ ਤਾਂ ਹਜੇ ਤੱਕ ਪਤਾ ਹੀ ਨਹੀਂ ਲੱਗਿਆ ਕਿੱਥੇ ਨੇ, ਦਿਖੇ ਹੀ ਨਹੀਂ, ਜਿਹੜੇ ਕੇਜਰੀਵਾਲ ਸਾਹਿਬ ਕਰਦੇ ਸੀ। ਇਹ ਤਾਂ ਪਤਾ ਹੀ ਆ, ਇਹ ਤਾਂ ਪਤਾ ਹੀ ਆ, ਜਦੋਂ ਮਾੜਾ ਟਾਈਮ ਆਉਂਦਾ ਫਿਰ ਕੋਈ ਨਹੀਂ ਨਾਲ ਰਹਿੰਦਾ, ਇਹ ਸ਼ੁਰੂਆਤ ਹੋ ਗਈ ਆ। ਮੈਂ ਇਹ ਕੋਈ ਖੁਸ਼ੀ ਨਹੀਂ ਮਨਾਉਂਦਾ, ਅਸੀਂ ਸਭ ਮਾੜੇ ਚੰਗੇ ਸਮੇਂ ਦੇਖੇ ਆ, ਪਰ ਤੁਹਾਨੂੰ ਬੜਾ ਸਮਝਾਉਂਦੇ ਸੀ, ਤੁਹਾਨੂੰ ਬੜਾ ਸਮਝਾਉਂਦੇ ਸੀ ਵੀ ਸਮਝ ਜਾਓ, ਸਮਝ ਜਾਓ, ਲੋਕਾਂ ਨੇ ਯਾਰ ਇੱਕ ਬਦਲਾਅ ਕੀਤਾ ਹੈ, ਲੋਕਾਂ ਨੇ ਬੜੀ ਚਾਅ ਨਾਲ ਤੁਹਾਨੂੰ ਬਣਾਇਆ ਹੈ, ਤੁਸੀਂ ਵੀ ਇੱਕ ਨੰਬਰ ਦੇ। ਪਹਿਲਾਂ ਤੁਸੀਂ ਪੋਲੀਟੀਕਲ ਬੰਦਿਆਂ ਨੂੰ ਦੇਖਦੇ ਸੀ ਵੀ ਕੋਈ ਜੇਲ੍ਹ ਚਲਾ ਗਿਆ ਕਰਪਸ਼ਨ 'ਚ, ਪਰ ਜਿਹੜਾ ਬੰਦਾ ਇਸ ਗੱਲ 'ਤੇ ਪਾਰਟੀ ਜੀ ਨੇ ਬਣਾਈ ਹੋਵੇ, ਅੱਜ ਜਦੋਂ ਉਹਨੂੰ ਦੇਖ ਰਿਹਾ ਵੀ ਉਹ ਈਡੀ ਤੋਂ ਕਿਵੇਂ ਭੱਜਦਾ ਰਿਹਾ, ਕਿਵੇਂ ਮੂੰਹ ਲੁਕੋ ਕੇ ਭੱਜਦਾ ਰਿਹਾ, ਅਤੇ ਰਾਤ ਦੇ ਹਨੇਰੇ 'ਚ ਕੱਲ੍ਹ ਜੇਲ੍ਹ ਜਾਣਾ ਪਿਆ, ਅਤੇ ਫਿਰ ਐਂ ਬੈਠੇ ਸੀ ਹੱਥ ਜੋੜੀ। ਚਲੋ ਫਿਰ ਵੀ ਮੈਂ, ਅਸੀਂ ਤਾਂ ਕਹਿੰਦੇ ਹਾਂ ਪਰਮਾਤਮਾ ਇਹਨਾਂ ਦੇ ਪਰਿਵਾਰ ਨੂੰ, ਇਹਨਾਂ ਨੂੰ ਪਿੱਛੋਂ ਸੇਧ ਦੇਵੇ, ਹੁਣ ਇਹ ਤਾਕਤ ਵੀ ਦੇਵੇ ਇਹਨਾਂ ਨੂੰ ਵੀ ਇਹ ਸਹਿ ਸਕਣ, ਜੇਲ੍ਹ 'ਚ ਇਹਨਾਂ ਨੂੰ ਹਿੰਮਤ ਮਿਲੇ। ਪਰ ਲੋਕਾਂ ਦਾ ਜੋ ਵਿਸ਼ਵਾਸ ਤੁਹਾਡੇ 'ਤੇ ਸੀ, ਉਹ ਤੁਸੀਂ ਉਹ ਲੋਕਾਂ ਨੂੰ ਤੁਸੀਂ ਵਰਤਿਆ, ਉਹ ਲੋਕਾਂ ਦਾ ਤੁਸੀਂ ਵਿਸ਼ਵਾਸ ਵਰਤਿਆ ਤੁਸੀਂ, ਮੈਂ ਸਮਝਦਾ ਲੋਕ ਤੁਹਾਨੂੰ ਹੁਣ ਮਾਫ਼ ਨਹੀਂ ਕਰਨਗੇ। ਹੁਣ ਡਰਾਮਾ ਬੰਦ ਕਰੋ, ਜਿਹੜੇ ਮੰਤਰੀ ਇੱਥੋਂ ਜਾ ਕੇ ਦਿਖਾ ਰਹੇ ਆ ਜੇਲ੍ਹਾਂ 'ਚ ਵੀ ਹਜੇ ਵੀ ਨੇੜੇ ਲੱਗ ਜਾਈਏ, ਹਜੇ ਵੀ ਨੇੜੇ ਲੱਗ ਜਾਈਏ, ਗੱਡੀਆਂ ਭਜਾ ਰਹੇ ਆ ਦਿੱਲੀ ਵੱਲ ਨੂੰ, ਤੁਸੀਂ ਤਾਂ ਕਹਿੰਦੇ ਦਿੱਲੀ ਨਾਲ ਸਾਡੀ ਕੋਈ ਸਿਆਸਤ ਨਹੀਂ ਚੱਲਣੀ, ਹੁਣ ਦਿੱਲੀ ਤੁਸੀਂ ਕੀ ਕਰ ਰਹੇ ਹੋ? ਪਰ ਜਿਹੜੀ ਗੱਲ ਸੀ ਉਹ ਸਾਰੀ ਨੰਗੀ ਹੋ ਗਈ। ਹਜੇ ਦਿੱਲੀ 'ਚ ਤਾਂ ਤੁਹਾਡੇ ਕੰਟਰੋਲ ਸੀ ਸੈਂਟਰ ਗੌਰਮੈਂਟ ਦਾ, ਤੁਸੀਂ ਘੱਟ ਲੁੱਟ ਮਚਾਈ ਸੀ, ਪਰ ਜੋ ਪੰਜਾਬ 'ਚ ਤੁਸੀਂ 2 ਸਾਲ 'ਚ ਲੁੱਟ ਮਚਾਈ ਆ, ਤੁਸੀਂ ਇਸ ਤਰੀਕੇ ਨਾਲ, ਤੁਸੀਂ ਤਾਂ ਇੱਕ ਮਾਡਲ ਦਿੰਦੇ ਸੀ ਉੱਥੇ ਬੈਠ ਕੇ, ਉਰੇ ਇੱਕ ਇੱਕ ਆਫਿਸਰ ਤੁਹਾਡੇ ਇਸ਼ਾਰੇ 'ਤੇ ਲੱਗਦਾ ਸੀ,